ਵੈਲਕਮ ਟੂ ਲਰਨ ਟੂ ਐਕਚੁਲਾਈਜ਼, ਮੈਂ ਪ੍ਰੋਫੈਸਰ ਸਿਮਰਨਜੀਤ ਸਿੰਘ, ਡਾਕਟਰ ਧੀਰਜ ਸਿੰਘ। ਸੋ ਸਰ, ਬੱਚਿਆਂ ਦੇ ਡਾਊਟ ਆ ਰਹੇ ਨੇ ਕਿ ਤਿਆਰੀ ਕਿਵੇਂ ਕੀਤੀ ਜਾਵੇ ਬੀ ਐਡ ਐਂਟਰੈਂਸ ਟੈਸਟ ਦੀ, ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਜਿਹੜੇ ਸਟੂਡੈਂਟ ਜ਼ਿਆਦਾ ਘਬਰਾਏ ਹੋਏ ਨੇ, ਜੇ ਜ਼ਿਆਦਾ ਸਵਾਲ ਕਰ ਰਹੇ ਨੇ, ਪਹਿਲਾਂ ਤਾਂ ਮਾਫ਼ੀ ਮੈਂ ਮੰਗਦਾ ਹਾਂ ਕਿ ਤੁਹਾਡੇ ਸਾਰੇ ਕਮੈਂਟ ਦੇ ਜਵਾਬ ਨਹੀਂ ਦੇ ਸਕਿਆ, ਦੈਟ ਕਿਉਂਕਿ ਕਾਰਨ ਇਹ ਹੈ ਕਿ ਸਿਸਟਮੈਟਿਕਲੀ ਲਰਨਿੰਗ ਮੈਨੇਜਮੈਂਟ ਸਿਸਟਮ 'ਤੇ ਕੁਸ਼ਚਨ ਸਪਲਾਈ ਕਰਨ ਲਈ, ਕੁਸ਼ਚਨ ਐਨਾਲਾਈਜ਼ ਕਰਨ ਲਈ, ਕੁਸ਼ਚਨ ਅਪਲੋਡ ਕਰਨ ਲਈ ਇਹ ਸਾਰੀ ਟੀਮ ਕੰਮ ਕਰ ਰਹੀ ਹੈ, ਅਤੇ ਉਹਦੇ ਵਿੱਚ ਟਾਈਮ ਲੱਗ ਜਾਂਦਾ ਹੈ, ਇਸੇ ਲਈ ਇਹ ਵੀਡੀਓ ਬਣਾ ਰਹੇ ਹਾਂ। ਜਿਹੜੇ ਵਿਦਿਆਰਥੀ ਜ਼ਿਆਦਾ ਚਿੰਤਾ ਕਰ ਰਹੇ ਨੇ ਕਿ ਕਿਵੇਂ ਤਿਆਰੀ ਕੀਤੀ ਜਾਏ, ਅਤੇ ਕਿ ਟੀਚਰ ਦੀ ਜੇ ਉਹਨਾਂ ਨੂੰ ਫੀਲ ਹੁੰਦਾ ਕਿ ਟੀਚਰ ਦੀ ਜ਼ਰੂਰਤ ਹੈ, ਅਤੇ ਉਹ 550 ਵਾਲਾ ਕੋਰਸ ਸਰ ਉਹਨਾਂ ਲਈ ਬੈਸਟ ਹੈ। ਹੁਣ ਤੱਕ 12-14 ਦਿਨ ਹੋ ਚੁੱਕੇ ਨੇ ਕਿ ਕਲਾਸਾਂ ਲੱਗ ਰਹੀਆਂ ਨੇ, ਪਿਛਲੇ ਕਲਾਸਿਸ ਜਿਹੜੀਆਂ ਨੇ ਆਲਰੇਡੀ ਰਿਕਾਰਡ ਤੁਹਾਨੂੰ ਮਿਲਣਗੀਆਂ। ਹਰ ਕਲਾਸ ਤੋਂ ਬਾਅਦ ਜਿਹੜੇ MCQ ਕੁਐਸਚਨ ਪੁੱਛੇ ਜਾਂਦੇ ਨੇ, ਸਪਲੀਮੈਂਟ ਕਰਦੇ ਨੇ ਉਸ ਨੌਲੇਜ ਨੂੰ, ਅਤੇ ਵੈਲੀਡੇਟ ਕਰਦੇ ਨੇ, ਐਕਸਟੈਂਡ ਕਰਦੇ ਨੇ, ਉਹ ਨਾਲ ਤੁਸੀਂ ਸੋਲਵ ਕਰ ਸਕਦੇ ਹੋ। ਇਸ ਤੋਂ ਇਲਾਵਾ ਮੌਕ ਟੈਸਟ ਵਿੱਚ ਹੋਣਗੇ, ਤੋ ਔਨਲਾਈਨ ਕਲਾਸਿਸ ਹੈ, ਤੁਸੀਂ ਨਾਲ ਨਾਲ ਡਾਊਟ ਪੁੱਛ ਸਕਦੇ ਹੋ, ਉਹਦੇ 'ਚ ਤੁਹਾਨੂੰ ਕੋਈ ਸ਼ੱਕ ਨਹੀਂ ਹੈ। ਜਦੋਂ ਸਾਹਮਣੇ ਟੀਚਰ ਹੈ ਉਹ ਕਰਕੇ ਦੱਸਦਾ ਹੈ, ਤਾਂ ਫਿਰ ਥੋੜ੍ਹਾ ਈਜ਼ੀ ਲੱਗਦਾ ਹੈ, ਇਸ ਲਈ ਇਸ ਕੋਰਸ। ਦੂਸਰਾ ਹੈ ਕਿ ਇਸ ਕੋਰਸ ਵਿੱਚ 5 ਵੱਖਰੇ ਵੱਖਰੇ ਪਾਰਟ ਨੇ, ਮੈਂਟਲ ਐਬਿਲਿਟੀ ਹੈ, ਜਨਰਲ ਨੌਲੇਜ ਹੈ, ਜਾਂ ਜਨਰਲ ਅਵੇਅਰਨੈਸ ਹੈ, ਟੀਚਿੰਗ ਪੋਟੈਂਸ਼ੀਅਲ ਹੈ, ਜਾਂ ਟੀਚਿੰਗ ਐਪਟੀਟਿਊਡ ਹੈ, ਪੰਜਾਬੀ ਹੈ, ਇੰਗਲਿਸ਼ ਹੈ। ਸੋ ਡਿਫਰੈਂਟ ਟੀਚਰ ਵੀ ਟੀਚ ਕਰਨਗੇ, ਉਹ ਟੀਚਰਸ ਦੀ ਐਨਰਜੀ ਜਿਹੜੀ ਲੱਗਦੀ ਹੈ, ਦੈਟ ਇਜ਼ ਵਾਈ ਇਹਦਾ 220 ਵਾਲਾ ਕੋਰਸ ਬੜਾ ਸਸਤਾ, ਈਜ਼ੀ ਹੈ, ਔਰ ਕੰਟੈਂਟ ਉਹ 'ਚ ਵੀ ਬਹੁਤ ਜ਼ਿਆਦਾ ਹੈ। ਲੇਕਿਨ ਜਿਹੜੇ ਘਬਰਾਉਂਦੇ ਨੇ ਫਿਰ, ਕਿਉਂਕਿ ਵੱਖਰੇ ਵੱਖਰੇ ਹਿਊਮਨ ਰਿਸੋਰਸ ਟੀਚਰ ਤੁਹਾਨੂੰ ਡੀਲ ਕਰਨਗੇ, ਟੀਚ ਕਰਨਗੇ, ਉਹਨਾਂ ਲਈ ਇਹ ਕੋਰਸ ਰੱਖਿਆ ਗਿਆ ਹੈ। ਹਿਊਮਨ ਰਿਸੋਰਸ ਤੁਹਾਡੀ ਟੈਨਸ਼ਨ ਨੂੰ ਰਿਡਿਊਸ ਕਰ ਦਿੰਦਾ ਹੈ, ਨੌਲੇਜ ਨੂੰ ਇਨਹਾਂਸ ਕਰ ਦਿੰਦਾ ਹੈ, ਕੌਨਫੀਡੈਂਟ ਕਰਦਾ ਹੈ, ਸਟ੍ਰੈਟਜੀਜ਼ ਦੱਸਦਾ ਹੈ, ਇਹ ਚੀਜ਼ਾਂ ਮਾਇਨੇ ਰੱਖਦੀਆਂ ਹਨ। ਸੋ ਬੈਟਰ ਹੈ ਕਿ ਤੁਸੀਂ ਜੇ ਜ਼ਿਆਦਾ ਚਿੰਤਾ ਕਰ ਰਹੇ ਹੋ, ਤੋ 550 ਵਾਲਾ ਕੋਰਸ ਜਿਹੜਾ ਹੈ, ਐਂਡ ਮੈਂ ਇੱਕ ਐਡ ਕਰਨਾ ਚਾਹਾਂਗਾ ਕਿ ਇਹ 550 ਐਂਡ 220 ਵਾਲਾ ਜਿਹੜਾ ਕੋਰਸ ਆ, ਉਹਦਾ ਅਸੀਂ ਬੰਡਲ ਬਣਾ ਦਿੱਤਾ। ਅੱਛਾ ਜੀ, ਠੀਕ ਹੈ ਜੀ। ਜੇ ਤੁਸੀਂ ਦੋਵੇਂ ਕੋਰਸਸ ਬਾਏ ਕਰੋਗੇ, ਉਹ ਸਰ ਸਮਝਾ ਦੇਣਾ ਕਿ ਉਹਦੇ ਕਲੱਬਿੰਗ ਦਾ ਫਾਇਦਾ ਕੀ ਹੈ। ਜੇ ਤੁਸੀਂ ਦੋਵੇਂ ਕੋਰਸਸ ਬਾਏ ਕਰੋਗੇ 220 ਵਾਲਾ ਐਂਡ 550 ਵਾਲਾ, ਤੇ ਉਹ ਤੁਹਾਨੂੰ 660 ਰੁਪਏ ਦੇ ਵਿੱਚ ਦੋਨੋਂ ਕੋਰਸਸ ਮਿਲ ਜਾਣਗੇ। ਇਸ ਦਾ ਮਤਲਬ ਹੈ ਕਿ ਉਹਦੇ ਵਿੱਚ ਇਹ ਹੈ ਕਿ ਤੁਸੀਂ ਲਾਈਵ ਕਲਾਸਸ ਵੀ ਅਟੈਂਡ ਕਰ ਸਕਦੇ ਹੋ, ਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਰਿਕਾਰਡਡ ਲੈਕਚਰਸ ਨੇ, ਮਤਲਬ ਇੰਨੇ ਸਾਲਾਂ ਦੀ ਮਿਹਨਤ ਆ, ਉਹਨਾਂ ਨੂੰ ਵੀ ਤੁਸੀਂ ਮਤਲਬ ਦੇਖ ਸਕਦੇ ਹੋ ਰਿਕਾਰਡਡ ਲੈਕਚਰਸ ਨੂੰ। ਉਸ ਤੋਂ ਇਲਾਵਾ ਤੁਸੀਂ ਕੀ ਆ, ਜੋ ਵੀ ਸਾਡੀ ਸਟ੍ਰੈਟਜੀਜ਼ ਨੇ, ਜੋ ਵੀ ਸਾਡੀ ਟ੍ਰਿਕਸ ਨੇ, ਹੈ ਨਾ, ਕਿੱਦਾਂ 550 ਵਾਲੇ 'ਚ ਸਾਰਾ ਕੁਝ ਜੀ ਜੀ ਉਹ 550 ਵਾਲਾ ਮੈਂ ਦੱਸਣਾ ਕਿ ਪੈਕੇਜ ਦੇ ਵਿੱਚ ਜਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਨੇ UT ਦੇ ਵੀ, ਉਹ 220 ਵਾਲੇ ਜੀ ਜੀ ਪੰਜਾਬ ਦੇ ਵੀ, ਉਸ ਤੋਂ ਬਾਅਦ ਜਿਹੜੇ ਵੀ ਪ੍ਰੈਕਟਿਸ ਸੈਟਸ ਨੇ, ਠੀਕ ਹੈ ਜੀ, ਉਹ ਵੀ ਤੁਸੀਂ ਮਤਲਬ ਉਹ ਕੁਇਜ਼ਸ ਅਸੀਂ ਬਣਾਏ ਹੋਏ ਆ, ਤੁਸੀਂ ਉਹਨਾਂ ਨੂੰ ਸੋਲਵ ਕਰ ਸਕਦੇ ਹੋ, ਤੇ ਮਤਲਬ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੀ ਤਿਆਰੀ ਕਿੰਨੀ ਕੁ ਹੈਗੀ ਹੈ। ਸੋ ਇਹ 660 ਰੁਪੀਸ ਦਾ ਇੱਕ ਪੈਕੇਜ ਆ, 660 ਰੁਪੀਸ ਦਾ ਤੁਸੀਂ ਬਾਏ ਕਰ ਸਕਦੇ ਹੋ। ਇਹਦਾ ਮਤਲਬ ਹੋ ਗਿਆ ਇਸ ਪੈਕੇਜ, ਜੀ ਜੀ, ਆ ਪੈਕੇਜ ਦੇ ਵਿੱਚ ਕੀ ਆ, ਤੁਹਾਨੂੰ 220 ਵਾਲਾ ਕੋਰਸ ਸਾਡਾ, ਤੇ ਸਾਡਾ 550 ਵਾਲਾ ਕੋਰਸ, ਇਹ ਦੋਵੇਂ ਕਲੱਬ ਹੋ ਕੇ 660 ਰੁਪੀਸ ਦੇ ਵਿੱਚ ਮਿਲ ਰਿਹਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਤਿਆਰੀ ਆ ਉਹ ਬਹੁਤ ਸਟਰੋਂਗ ਆ, ਅੱਛੀ ਤਿਆਰੀ ਆ, ਥੋੜ੍ਹਾ ਦੇਖਣਾ ਚਾਹੁੰਦੇ ਹੋ ਕਿ, ਤੇ ਤੁਸੀਂ 220 ਵਾਲਾ ਕੋਰਸ ਲੈ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਤਿਆਰੀ ਇੰਨੀ ਸਟਰੋਂਗ ਨਹੀਂ ਹੈਗੀ, ਹੈ ਨਾ, ਕੌਨਫੀਡੈਂਸ ਨਹੀਂ ਆ ਰਿਹਾ, ਤੇ ਤੁਸੀਂ ਸਾਡਾ 550 ਪਲੱਸ 220 ਵਾਲਾ ਕੋਰਸ ਦੋਵੇਂ ਮਿਲਾ ਕੇ 660 ਰੁਪੀਸ। ਪਰ ਮੈਂ ਪਰਸਨਲੀ ਆਪਣੇ ਐਕਸਪੀਰੀਅੰਸ ਤੋਂ ਸੁਜੈਸਟ ਕਰ ਰਿਹਾ, ਬੇਸ਼ੱਕ ਮੈਂ ਆਪਣੇ ਪੱਧਰ 'ਤੇ ਇਹ ਆਪਣਾ ਮੋਨੀਟਰੀ ਨੁਕਸਾਨ ਕਰਕੇ ਕਰ ਰਿਹਾ ਹੋਊਂਗਾ, ਇਹ ਮੇਰੇ ਖਿਆਲ ਨਾਲ ਇਹ ਇਕੱਲਾ ਲੈਣ ਨਾਲੋਂ ਜਾਂ ਤਾਂ ਇਕੱਲਾ ਇਹ ਲਓ ਅਤੇ ਜਾਂ ਇਹ ਲਓ ਜੀ, ਕਿਉਂਕਿ ਇਹਦੇ ਵਿੱਚ ਜਿਹੜੇ
ਕੌਨਫੀਡੈਂਸ ਨੂੰ ਵਧਾਉਣਾ ਹੈ ਉਹ ਪ੍ਰੈਕਟਿਸ ਸੈੱਟ ਇੰਨੇ ਜ਼ਿਆਦਾ ਚਾਹੀਦੇ, ਪ੍ਰੀਵੀਅਸ ਈਅਰ ਦੇ ਪੇਪਰ ਚਾਹੀਦੇ ਹੈ, ਇਹਦੇ ਵਿੱਚ ਸਾਰੇ ਸ਼ਾਮਿਲ ਨੇ, ਨਾਲ ਹੀ ਮਿਲ ਜਾਣਾ ਹੈ ਜੀ। ਮੇਰੇ ਹਿਸਾਬ ਨਾਲ ਇਹ ਬੈਟਰ ਹੈ ਜੀ ਜੀ ਜੀ, ਉਹ ਇਕੱਲੀ ਆਪਸ਼ਨ ਜਿਹੜੀ ਹੈ ਇਹ 550 ਦਾ ਨਾਲ ਲੈ ਕੇ ਤੁਸੀਂ ਇਕੱਠੇ ਲੈ ਲਓ ਦੋਵੇਂ, ਠੀਕ ਹੈ। ਜੇ ਤੁਹਾਨੂੰ ਲੱਗਦਾ ਤਿਆਰੀ ਹੈਗੀ ਆ ਵਧੀਆ, ਫਿਰ ਤੁਸੀਂ 220 ਵਾਲਾ ਲੈ ਲਓ, ਠੀਕ ਹੈ। ਤੇ ਪ੍ਰੀਵੀਅਸ ਈਅਰ ਪੀਵੀ ਦੇ ਵੀ ਕਰ ਜਾਓ ਤੇ ਪੰਜਾਬ ਦੇ ਵੀ ਕਰ ਜਾਓ, ਤੇ ਉਹਦੇ ਵਿੱਚ ਜਿਹੜੇ ਆਪਾਂ ਪ੍ਰੈਕਟਿਸ ਸੈੱਟ ਬਣਾਏ ਹੋਏ ਆ ਉਹ ਵੀ ਤੁਸੀਂ ਸੋਲਵ ਕਰ ਜਾਓ, ਤੇ ਮੋਰ ਦੈਨ ਇਨਫ ਹੈਗਾ ਹੈ, ਠੀਕ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਸਾਰਾ ਸਾਡਾ ਕੰਟੈਂਟ, ਕਾਫੀ ਘੰਟਿਆਂ ਦਾ ਕੰਟੈਂਟ ਹੈਗਾ, ਬੀਐਡ ਐਂਟਰੈਂਸ ਟੈਸਟ ਕਲਾਸ ਫੁੱਲ ਕੋਰਸ ਜਿਹੜਾ ਹੈਗਾ, ਇਹਦੇ ਵਿੱਚ ਲਾਈਵ ਕਲਾਸਿਸ ਲੱਗ ਰਹੀਆਂ ਨੇ, ਠੀਕ ਹੈ ਜੀ, ਰਿਕਾਰਡਡ ਵੀ ਹੈਗੇ ਲੈਕਚਰਸ, ਠੀਕ ਹੈ ਜੀ। ਤੇ ਬੀਐਡ ਐਂਟਰੈਂਸ ਟੈਸਟ ਦੇ ਵਿੱਚ ਵੀ ਕਾਫੀ ਘੰਟਿਆਂ ਦਾ ਕੰਟੈਂਟ ਹੈਗਾ, ਜੇ ਤੁਸੀਂ ਇਹਨੂੰ ਸੋਲਵ ਕਰਨਾ ਹੈ, ਜਿੰਨਾ ਕੁ ਹਲੇ ਤੱਕ ਅਸੀਂ ਮਟੀਰੀਅਲ ਪਾਤਾ, ਤੁਹਾਨੂੰ 10 ਤੋਂ 15 ਦਿਨ ਲੱਗ ਜਾਣੇ ਇਹਨੂੰ ਸੋਲਵ ਕਰਦੇ ਕਰਦੇ ਜੀ, ਠੀਕ ਹੈ ਜੀ। ਦੋ ਅਟੈਂਪਟ ਹੈਗੇ ਤੁਹਾਡੇ ਕੋਲ, ਤੁਸੀਂ ਦੋ ਵਾਰੀ ਅਟੈਂਪਟ ਕਰ ਸਕਦੇ ਹੋ ਕੁਇਜ਼ ਨੂੰ, ਠੀਕ ਹੈ ਜੀ। ਇਹਦੇ ਵਿੱਚ ਦੋ ਵਾਰ ਆਪਸ਼ਨ ਹੈਗਾ, ਆਮ ਤੌਰ ਤੇ ਇੱਕ ਵਾਰੀ ਅਟੈਂਪਟ ਕਰਨ ਨੂੰ ਮਿਲਦਾ, ਅਸੀਂ ਦੋ ਵਾਰੀ ਇਹਦੇ ਵਿੱਚ ਆਪਸ਼ਨ ਰੱਖਿਆ ਹੋਇਆ, ਠੀਕ ਹੈ ਜੀ। ਠੀਕ, ਸੋ ਹੋਰ ਜੇ ਤੁਹਾਡੀ ਕੁਐਰੀ ਹੈ, ਐਂਡ ਮੈਂ ਇੱਕ ਚੀਜ਼ ਐਡ ਕਰਨਾ ਕਿ ਇਹਦਾ ਜਿਹੜਾ ਲਿੰਕ ਹੈਗਾ ਸਰ ਇਸ ਕੋਰਸ ਦਾ, 660 ਵਾਲੇ ਦਾ, 220 ਵਾਲੇ ਦਾ ਐਂਡ 550 ਵਾਲੇ ਦਾ, ਇਹਦਾ ਲਿੰਕ ਜਿਹੜਾ ਹੈਗਾ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗੇ, ਤੁਸੀਂ ਉੱਥੋਂ ਜਾ ਕੇ ਬਾਏ ਕਰ ਸਕਦੇ। ਠੀਕ ਠੀਕ, ਮੈਂ ਇਹ ਦੱਸਣਾ ਚਾਹਾਂਗਾ ਕਿ ਜਦੋਂ ਇਹ ਵੀਡੀਓ ਬਣ ਰਹੀ ਹੈ, ਜਦੋਂ ਵੀ ਤੁਸੀਂ ਦੇਖਦੇ ਹੋ, ਲੇਟ ਹੋਣ ਦਾ ਥੋੜ੍ਹਾ ਜਿਹਾ ਨੁਕਸਾਨ ਇਹ ਹੋਏਗਾ ਕਿ ਮੌਕ ਟੈਸਟ ਅਸੀਂ ਸ਼ੁਰੂ ਕਰ ਰਹੇ ਹਾਂ, ਮੌਕ ਟੈਸਟ ਨਾਲ ਕੌਨਫੀਡੈਂਸ ਵਧੇਗਾ, ਤੁਹਾਨੂੰ ਫੀਡਬੈਕ ਮਿਲੇਗੀ, ਐਰਰ ਪਤਾ ਲੱਗੀਆਂ, ਵੀਕ ਏਰੀਆ ਪਤਾ ਲੱਗੇਗਾ, ਆਪਣੀ ਸਟਰੈਂਥ ਪਤਾ ਲੱਗੇਗੀ, ਔਰ ਪੇਪਰ ਦਾ ਪੈਟਰਨ ਪਤਾ ਲੱਗੇਗਾ, ਪੇਪਰ ਨੂੰ ਪਹਿਲਾਂ ਦੇ ਰਹੇ ਹੋ ਇਹ ਪਤਾ ਲੱਗ ਰਿਹਾ ਹੈ, ਔਰ ਮੌਕ ਟੈਸਟ ਤੁਹਾਡਾ ਲਰਨਿੰਗ ਮੈਨੇਜਮੈਂਟ ਸਿਸਟਮ 'ਤੇ ਹੋਣਾ ਹੈ, ਤੁਹਾਨੂੰ ਇਮੀਡੀਏਟ ਫੀਡਬੈਕ ਮਿਲ ਜਾਣੀ ਹੈ ਕਿ ਮੇਰਾ ਇਹ, ਨਾਲ ਐਕਸਪਲੇਨੇਸ਼ਨ ਮਿਲਣੀ ਹੈ। ਕੁਐਸਚਨਸ ਵੀ ਆਏ ਆ ਯੂਟਿਊਬ 'ਤੇ ਕਿ ਮੌਕ ਟੈਸਟ ਓਪਨ ਕਰ ਦਿਓ, ਮੌਕ ਫ੍ਰੀ ਵਾਲਾ, ਜੀ ਜੀ, ਉਹ ਅਲੱਗ ਲਗਵਾਂਗੇ, ਉਹ ਜ਼ਰੂਰ ਆਪਾਂ ਓਪਨ ਕਰਾਂਗੇ, 30 ਵਾਲਾ ਚੱਲ ਰਹੇਗਾ, ਸਰ ਦੀ ਹੈਲਥ ਠੀਕ ਨਾ ਹੋਣ ਕਰਕੇ ਅਸੀਂ ਮਤਲਬ ਉਸ ਚੀਜ਼ ਨੂੰ, ਤੁਸੀਂ ਦੇਖਿਆ ਹੋਵੇਗਾ ਯੂਟਿਊਬ 'ਤੇ 2-4 ਦਿਨ ਹੋ ਗਏ ਵੀਡੀਓਸ ਆਪਾਂ ਅਪਲੋਡ ਨਹੀਂ ਕੀਤੀਆਂ, ਸੋ ਉਹ ਮੌਕ ਟੈਸਟ ਨੈਕਸਟ ਵੀਕ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਓਪਨ ਕਰ ਦਈਏ, ਜਿਹੜਾ ਫ੍ਰੀ ਵਾਲਾ ਮੌਕ ਟੈਸਟ ਹੈਗਾ, ਤੁਸੀਂ ਜਲਦੀ ਕਰ ਦਿੰਦੇ, ਜਲਦੀ, ਠੀਕ ਹੈ ਜੀ, ਜਲਦੀ ਕਰ ਕਿ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ, ਸੋ ਜੀ ਜੀ, ਸੋ ਇੰਨਾ ਹੀ ਆ ਅੱਜ ਦੇ ਇਸ ਵੀਡੀਓ ਦੇ ਵਿੱਚ, ਸੋ ਫਿਰ ਮਿਲਦੇ ਹਾਂ ਜੀ, ਸਤਿ ਸ਼੍ਰੀ ਅਕਾਲ।